ਤੁਹਾਡੇ ਤੇ ਚਰਚਾ ਚੱਲ ਰਹੀ ਹੈ ਵੈਸੇ ਤਾਂ ਪਹਿਲਾਂ ਗੱਲ ਕੀਤੀ ਹੈ ਵੀ ਤੁਸੀਂ ਸ਼ਾਇਦ ਇਸ ਰਾਹੀਂ ਨਾ ਪਾਓ ਜੀ ਪਰ ਕਿਤੇ ਨਾ ਕਿਤੇ ਚਰਚਾ ਤੁਹਾਡੇ ਦੁਆਲੇ ਥੋੜੀ ਬਹੁਤੀ ਭਾਫ ਨਿਕਲੀ ਹੈ ਤਾਂ ਹੀ ਚਰਚਾ ਬਣੀ ਹੈ ਕੀ ਗੱਲ ਹੈ ਇਹ ਭਾਫ ਤਾਂ ਇੱਦਾਂ ਜੀ ਕਿਉਂਕਿ ਮੈਂ ਜਦੋਂ ਦੇ ਮਾਨ ਸਾਹਿਬ ਸਿਆਸਤ ਦੇ ਵਿੱਚ ਨੇ ਅਸੀਂ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਤਾਂ ਅਕਸਰ ਉਹ ਕਦੇ ਚੁੱਪ ਨਹੀਂ ਹੁੰਦੇ ਸੀ ਅੱਜ ਵੀ ਨਹੀਂ ਚੁੱਪ ਹੁੰਦਾ ਜਦੋਂ ਸੌਂਦਾ ਉਦੋਂ ਹੀ ਹੈ ਉਹ ਬਹੁਤ ਮਾੜਾ ਸਮਾਂ ਦੇਖਿਆ ਜੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਸੀ ਪੀਕ 'ਤੇ ਛੱਡਿਆ ਸੀ ਇਹ ਤਾਂ ਹੈ ਨਹੀਂ ਸੀ ਵੀ ਉਹ ਫੇਲ ਕਲਾਕਾਰ ਸੀਗਾ ਬਿਲਕੁਲ ਉਹ ਤਾਂ ਨੰਬਰ 1 'ਤੇ ਸੀਗਾ ਕਲਾਕਾਰੀ ਦੇ ਵਿੱਚ ਵੀ ਕਿਉਂਕਿ 2 ਵਾਰ ਦਾ MP ਜਿੱਤਿਆ ਹੋਵੇ ਅਤੇ ਕੁਛ ਪੱਲੇ ਨਾ ਹੋਵੇ ਸਕਾ ਜਾਇਦਾਦ ਘਟੀ ਹੋਵੇ ਘਰ ਬਾਰ ਵਿਕੇ ਹੋਣ ਇੱਥੋਂ ਹੀ ਉਹਦੀ ਇਮਾਨਦਾਰੀ ਦਾ ਪਤਾ ਚੱਲਦਾ ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਪੰਜਾਬ ਵਿਧਾਨ ਸਭਾ ਚੋਣਾਂ ਲੰਘ ਕੇ ਗਈਆਂ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਮਿਲਿਆ ਅੱਜ ਸਹੁੰ ਚੁੱਕ ਸਮਾਗਮ ਸੀ ਵਿਧਾਇਕਾਂ ਦਾ ਅਤੇ ਵਾਕਈ ਵਿਧਾਨ ਸਭਾ ਦੇ ਵਿੱਚ ਆਮ ਜਿਹੜੇ ਆ ਜੀ ਘਰਾਂ ਦੇ ਬੱਚੇ ਵਿਧਾਇਕ ਬਣ ਕੇ ਆਏ ਆ ਅਤੇ ਉਹਨਾਂ ਦੀ ਸਾਦਗੀ ਪੰਜਾਬ ਪ੍ਰਤੀ ਜਨੂੰਨ ਸਕੂਨ ਉਹਨਾਂ ਦੇ ਚਿਹਰਿਆਂ ਤੋਂ ਝਲਕਦਾ ਸੀ ਸੋ ਪੰਜਾਬ ਲਈ ਹਰ ਕੋਈ ਦੁਆ ਕਰ ਰਿਹਾ ਉਸ ਬਦਲਾਅ ਦਾ ਦੁਆ ਦਾ ਨਤੀਜਾ ਹੈ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਅਤੇ ਅੱਜ ਉਹਨਾਂ ਦੇ ਸਾਥੀ ਬਚਪਨ ਦੇ ਸਾਥੀ ਕਰਮਜੀਤ ਅਨਮੋਲ ਸਾਡੇ ਮਹਿਮਾਨ ਹੈ ਬਹੁਤ ਸਾਰੀਆਂ ਚੀਜ਼ਾਂ ਉਹ ਪਹਿਲਾਂ ਵੀ ਮੀਡੀਆ 'ਚ ਕਹਿ ਚੁੱਕੇ ਆ ਕੁਛ ਨਿਵੇਕਲੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਿਵੇਂ ਲੱਗਦਾ ਇੱਕ ਦੋਸਤ ਬਹੁਤ ਨੇੜੇ ਦਾ ਦੋਸਤ ਜਦੋਂ ਐਡੇ ਵੱਡੇ ਸਰਮੌਰ ਅਹੁਦੇ 'ਤੇ ਪਹੁੰਚਿਆ ਬਹੁਤ ਖੁਸ਼ੀ ਹੈ ਜੀ ਪੂਰੇ ਪੰਜਾਬ ਨੂੰ ਖੁਸ਼ੀ ਹੈ ਬਲਕਿ ਸਾਨੂੰ ਤਾਂ ਲੱਗ ਹੀ ਨਹੀਂ ਰਿਹਾ ਕਿ ਸਾਡਾ ਯਾਰ ਇਸ ਪਦਵੀ 'ਤੇ ਇਸ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ 'ਤੇ ਬੈਠਾ ਕਿਉਂਕਿ ਅੱਜ ਵੀ ਉਵੇਂ ਹੀ ਮਿਲਦੇ ਆ ਅਤੇ ਉਵੇਂ ਹੀ ਗੱਲਾਂ ਬਾਤਾਂ ਹੁੰਦੀਆਂ ਕੋਈ ਫਰਕ ਨਹੀਂ ਮਤਲਬ ਇਹ ਮੈਨੂੰ ਇਕੱਲੇ ਨੂੰ ਨਹੀਂ ਮੈਂ ਲੱਗਦਾ ਪੂਰੇ ਪੰਜਾਬ ਨੂੰ ਹੀ ਇੱਦਾਂ ਲੱਗਦਾ ਕੋਈ ਕਿਸੇ ਨੂੰ ਆਪਣਾ ਛੋਟਾ ਭਰਾ ਲੱਗਦਾ ਕਿਸੇ ਨੂੰ ਵੱਡਾ ਭਰਾ ਕਿਸੇ ਨੂੰ ਚਾਚਾ ਕਿਸੇ ਨੂੰ ਤਾਇਆ ਇੱਦਾਂ ਮਹਿਸੂਸ ਹੋ ਰਿਹਾ ਕਰਮਜੀਤ ਜੀ ਇੱਕ ਚੀਜ਼ ਕਿਤੇ ਨਾ ਕਿਤੇ ਕਹਿੰਦੇ ਬੀ ਹੁੰਦਾ ਹੈ ਜਿਹਨੇ ਬਾਅਦ 'ਚ ਆ ਕੇ ਨਹੀਂ ਬੀ 'ਚੋਂ ਤਾਂ ਬੋਰਡ ਦਿਖਦਾ ਨਹੀਂ ਹੁੰਦਾ ਪਰ ਬੋਰਡ ਨੇ ਹੌਲੀ ਹੌਲੀ ਬਣਨਾ ਹੁੰਦਾ ਕਿਤੇ ਨਾ ਕਿਤੇ ਬਚਪਨ 'ਚ ਜਦੋਂ ਤੁਸੀਂ ਹੁਣ ਸਹੁੰ ਚੁੱਕ ਸਮਾਗਮ 'ਚ ਸੀਗੇ ਅਤੇ ਜਿੱਤੇ ਜਿਸ ਦਿਨ ਉਸ ਦਿਨ ਵੀ ਤੁਸੀਂ ਨਾਲ ਸੀ ਕਿਤੇ ਪਿਛੋਕੜ ਵੱਲ ਝਾਤ ਮਾਰੀ ਵੀ ਕਿਤੇ ਫਲਾਨੇ ਟਾਈਮ ਇਹ ਬੀ ਬੋਇਆ ਵਾ ਸੀ ਅੱਜ ਬੋਰਡ ਬਣੇ ਅਸੀਂ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਤਾਂ ਅਕਸਰ ਉਹ ਕਦੇ ਚੁੱਪ ਨਹੀਂ ਹੁੰਦੇ ਸੀ ਅੱਜ ਵੀ ਨਹੀਂ ਚੁੱਪ ਹੁੰਦਾ ਜਦੋਂ ਸੌਂਦਾ ਉਦੋਂ ਹੀ ਹੈ ਅਤੇ ਹਸਾਈ ਜਾਣਾ ਹਰ ਇੱਕ ਗੱਲ ਦੇ ਵਿੱਚ ਮੈਂ ਉਹਨਾਂ ਨੂੰ 2 ਗੱਲਾਂ ਕਹੀਆਂ ਸੀ ਜ਼ਿੰਦਗੀ 'ਚ ਸਭ ਤੋਂ ਪਹਿਲੀ ਇਹ ਸੀਗੀ ਕਿ ਵੀ ਜਦੋਂ ਇਸ ਫੀਲਡ ਦੇ ਵਿੱਚ ਆ ਗਏ ਤਾਂ ਸਭ ਤੋਂ ਮਤਲਬ ਵੀ ਇੱਕ ਸਿਰਮੌਰ ਕਮੇਡੀਅਨ ਤੂੰ ਹੋਏਗਾ ਜੀ ਵੀ ਹੋਰ ਥੱਲੇ ਹੋਣਗੇ ਸਭ ਤੋਂ ਵਾਕਈ ਉਹ ਹੈ ਜਿੰਨਾ ਚਿਰ ਉਹਨਾਂ ਨੇ ਕਾਮੇਡੀ ਕੀਤੀ ਤਾਂ ਨੰਬਰ 1 'ਤੇ ਰਹੇ ਅਤੇ ਉਸ ਤੋਂ ਬਾਅਦ ਜਦੋਂ ਪੂਰਾ ਨਾਂ ਚੱਲ ਗਿਆ ਸਾਰਾ ਕੁਛ ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਵੀ ਮਿੱਤਰਾ ਤੇਰਾ ਅਸਲੀ ਫੀਲਡ ਕਾਮੇਡੀ ਨਹੀਂ ਰਾਜਨੀਤੀ ਹੈ ਵੀ ਤੂੰ ਰਾਜਨੀਤੀ 'ਚ ਬਹੁਤ ਵੱਡਾ ਉਦੋਂ ਜਦੋਂ ਇਹ ਸ਼ਬਦ ਤੁਸੀਂ ਕਹੇ ਸੀ ਉਦੋਂ ਐਕਸੈਪਟੇਬਲ ਜਾਂ ਉਹਨਾਂ ਦੇ ਲੱਗਦਾ ਸੀ ਕਿ ਹਾਂ ਇਹ ਗੱਲ ਤੁਹਾਡੀ ਠੀਕ ਹੈ ਦੇਖੋ ਉਹ ਬੰਦੇ ਨੂੰ ਦੁਨੀਆ ਭਰ ਦੀ ਪੋਲੀਟਿਕਸ ਬਾਰੇ ਨੌਲੇਜ ਹੈ ਜਿਹੜੇ ਮਰਜ਼ੀ ਪੋਲੀਟੀਸ਼ੀਅਨ ਬਾਰੇ ਗੱਲ ਕਰ ਲਓ ਜਿਹੜੇ ਮਰਜ਼ੀ ਮੁਲਕ ਦੇ ਹੈ ਨਾ ਕਿਸੇ ਮੁਲਕ ਦੇ ਰਾਸ਼ਟਰਪਤੀ ਨਾਲ ਕਿਸੇ ਵੀ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ ਅਤੇ ਉਹ ਮਤਲਬ ਉਹਨਾਂ ਨੂੰ ਨੌਲੇਜ ਹੈਗੀ ਹੈ ਉਹਨਾਂ ਦੇ ਕਾਰਜਕਾਲ ਬਾਰੇ ਪਤਾ ਹੈ ਉਹਨਾਂ ਦੇ ਕੰਮਾਂ ਬਾਰੇ ਪਤਾ ਸ਼ੁਰੂਆਤੀ ਦੌਰ ਤੋਂ ਹੀ ਨਾਲ ਜੁੜਿਆ ਹੁੰਦਾ ਹੈ ਜਾਂ ਬਾਅਦ 'ਚ ਆ ਕੇ ਉਹਨਾਂ ਨੇ ਪੜ੍ਹਨਾ ਨਹੀਂ ਸ਼ੁਰੂਆਤੀ ਜਦੋਂ ਉਹ +1 +2 ਸੀਗੇ ਉਦੋਂ ਵੀ ਉਹ ਨੌਲੇਜ ਰੱਖਦੇ ਸੀ ਇਹਨਾਂ ਗੱਲਾਂ ਦੀ ਅਤੇ ਉਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਮੈਨੂੰ ਲੱਗਿਆ ਕਿ ਇਹ ਬੰਦਾ ਬਹੁਤ ਵੱਡਾ ਲੀਡਰ ਬਣੋ ਕਿਸੇ ਦਾ ਕਰਮਜੀਤ ਜੀ ਜਦੋਂ ਇਨਸਾਨ ਰਾਜਨੀਤੀ ਦੇ ਵਿੱਚ ਇੱਕ ਕੈਰੀਅਰ ਨੂੰ ਛੱਡ ਕੇ ਪੈਰ ਧਰਦਾ PPP ਕਾਮਯਾਬ ਨਹੀਂ ਹੋਈ ਇਲੈਕਸ਼ਨ ਲੜੀ ਇਲੈਕਸ਼ਨ ਲੜ ਕੇ ਦੁਬਾਰਾ ਵਾਪਸੀ ਕਰਨੀ ਔਖੀ ਹੁੰਦੀ ਹੈ ਉਦੋਂ ਵੀ ਮਿੱਤਰਾਂ ਦੇ ਵਿੱਚ ਵਿਚਾਰਾਂ ਹੋਈਆਂ ਹੋਣਗੀਆਂ ਕਿ ਦੁਬਾਰਾ ਰਾਜਨੀਤੀ 'ਚ ਵਾਪਸੀ ਕਰੀਏ ਇੰਡਸਟਰੀ 'ਚ ਵਾਪਸੀ ਕਰੀਏ ਉਹ ਕਿਸ ਤਰ੍ਹਾਂ ਦਾ ਦੌਰ ਸੀ ਉਹ ਬਹੁਤ ਮਾੜਾ ਸਮਾਂ ਦੇਖਿਆ ਜੀ ਉਹਨਾਂ ਨੇ ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਸੀ ਪੀਕ 'ਤੇ ਛੱਡਿਆ ਸੀ ਇਹ ਤਾਂ ਹੈ ਨਹੀਂ ਸੀ ਵੀ ਉਹ ਫੇਲ ਕਲਾਕਾਰ ਸੀਗਾ ਬਿਲਕੁਲ ਉਹ ਤਾਂ ਨੰਬਰ 1 'ਤੇ ਸੀਗਾ ਕਲਾਕਾਰੀ ਦੇ ਵਿੱਚ ਵੀ ਪਰ ਉਹ ਜਜ਼ਬਾ ਹੀ ਇੱਕ ਇਹੋ ਜਿਹਾ ਜਨੂੰਨ ਹੀ ਇੱਕ ਇਹੋ ਜਿਹਾ ਬਣ ਗਿਆ ਅੰਦਰ ਭਰ ਗਿਆ ਕਿ ਹੁਣ ਤਾਂ ਲੋਕਾਂ ਦੀ ਸੇਵਾ ਹੀ ਕਰਨੀ ਕਿਉਂਕਿ 2 ਵਾਰ ਦਾ MP ਜਿੱਤਿਆ ਹੋਵੇ ਅਤੇ ਕੁਛ ਪੱਲੇ ਨਾ ਹੋਵੇ ਸਕਾ ਜਾਇਦਾਦ ਘਟੀ ਹੋਵੇ ਘਰ ਬਾਰ ਵਿਕੇ ਹੋਣ ਇੱਥੋਂ ਹੀ ਉਹਦੀ ਇਮਾਨਦਾਰੀ ਦਾ ਪਤਾ ਚੱਲਦਾ ਅਤੇ ਪਰ ਦ੍ਰਿੜ ਨਿਸ਼ਚੇ ਕਰਕੇ ਉਹ ਲੱਗੇ ਰਹੇ ਵੀ ਨਹੀਂ ਮਿੱਤਰਾ ਹੁਣ ਤਾਂ ਇੱਥੋਂ ਹੀ ਸਭ ਕੁਛ ਲੋਕਾਂ ਦੇ ਲੇਖੇ ਲਾਤੀ ਜ਼ਿੰਦਗੀ ਅਤੇ ਹੁਣ ਤਾਂ ਇਸੇ ਲਾਈਨ 'ਚ ਹੀ ਖੱਟਣਾ ਕੁਛ ਸ਼ੁਰੂ ਤੋਂ ਤੁਰਿਆ ਉਹਨਾਂ ਨਾਲ
देखो ਤੁਸੀਂ ਅੱਜ ਤੋਂ ਨਹੀਂ ਮੈਂ ਜਦੋਂ ਦਾ ਮੈਂ ਜਾਣਦਾ ਲੋਕ ਵੀ ਉਦੋਂ ਤੋਂ ਹੀ ਜਾਣਦੇ ਨੇ ਕਿਉਂਕਿ ਉਹਨਾਂ ਨੇ ਆਪਣੀਆਂ ਕੈਸਟਾਂ ਜ਼ਰੀਏ ਕਿਹੋ ਜਿਹੇ ਸੁਨੇਹ ਦਿੱਤੇ ਹੈ ਲੋਕਾਂ ਦੀ ਗੱਲ ਕਰਦੇ ਸੀ ਹਮੇਸ਼ਾ ਉਹ ਲੋਕਾਂ ਦੇ ਦੁੱਖਾਂ ਦੇ ਵਿੱਚੋਂ ਵੀ ਹਾਸੇ ਕੱਢ ਲੈਂਦੇ ਸੀਗੇ ਇਹੋ ਜਿਹਾ ਕਟਾਕਸ਼ ਕਰਦੇ ਸੀਗੇ ਕਿ ਲੋਕ ਹੱਸਦੇ ਵੀ ਸੀ ਅਤੇ ਸੋਚਣ 'ਤੇ ਮਜਬੂਰ ਵੀ ਕਰਦੇ ਸੀ ਲੋਕਾਂ ਨੂੰ ਅਤੇ ਉਦੋਂ ਤੋਂ ਹੀ ਲੱਗਦਾ ਸੀਗਾ ਵੀ ਇਹ ਬੰਦੇ ਦਾ ਲੋਕਾਂ ਪ੍ਰਤੀ ਬਹੁਤ ਦਰਦ ਹੈ ਦਿਲ ਦੇ ਵਿੱਚ ਦੂਜੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦੀ ਰਾਜਨੀਤੀ ਦੇਖੋ ਜਾਂ ਲੋਕਾਂ ਨੂੰ ਦੇਖੋ ਜਦੋਂ ਕੋਈ ਮੰਤਰੀ ਜਾਂ ਐਮ ਪੀ ਜਾਂ ਐਮ ਐਲ ਏ ਆਉਂਦਾ ਸੀ ਸਾਰੀ ਜਨਤਾ ਐਂ ਖੜੀ ਹੋ ਜਾਂਦੀ ਸੀ ਹੁੰਦੀ ਸੀ ਨਾ ਕਿਸੇ ਦੀ ਹਿੰਮਤ ਸੀ ਗੱਲ ਕਰਨ ਦੀ ਇਸ ਬੰਦੇ ਨੇ ਇੱਕੋ ਇੱਕ ਪੋਲੀਟੀਸ਼ੀਅਨ ਹੈ ਭਗਵੰਤ ਮਾਨ ਜਿਹਨੇ ਇਕੱਲੇ ਇਕੱਲੇ ਬੱਚੇ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਜਜ਼ਬਾ ਭਰਿਆ ਅਤੇ ਸਾਹਮਣੇ ਗੱਲ ਕਰਨ ਦੀ ਜ਼ਰੂਰਤ ਕੀਤੀ ਚਾਹੇ ਕੋਈ ਐਮ ਪੀ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਮੁੱਖ ਮੰਤਰੀ ਤਬਦੀਲੀ ਦਾ ਬੀਬ ਹੋਇਆ ਤਬਦੀਲੀ ਦਾ ਬੀਬ ਹੋਇਆ ਜਾਗਰਤੀ ਦਾ ਬੀਬ ਹੋਇਆ ਕ੍ਰਾਂਤੀ ਦਾ ਬੀਬ ਹੋਇਆ ਉਹ ਭਗਵੰਤ ਮਾਨ ਨੇ ਸੀ ਨਹੀਂ ਤਾਂ ਵਿਰੋਧੀ ਵੀ ਜੇ ਦੂਜੇ ਦੀਆਂ ਗੱਲਾਂ 100 ਮਤਲਬ ਉਹਨਾਂ ਦੇ ਮੂਹਰੇ ਵਿਸ਼ੇਸ਼ਣ ਲਾ ਕੇ ਫੇਰ ਨਾ ਲੈਂਦੇ ਸੀ ਇਹਨੇ ਸਿੱਧੇ ਨਾਂ ਲੈ ਕੇ ਬੋਲਣ ਲਾਏ ਔਰ ਲੋਕਾਂ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਲੀਡਰਾਂ ਦੇ ਮੂਹਰੇ ਸਵਾਲ ਚੱਕਣੇ ਸ਼ੁਰੂ ਕਰਤੇ ਲੋਕਾਂ ਨੇ ਉਹ ਸਿਰਫ ਭਗਵੰਤ ਮਾਨ ਦੇ ਬਦੌਲਤ ਹੋਇਆ ਇੱਕ ਸ਼ਬਦ ਆਉਂਦਾ ਕਿ ਸਿਆਸੀ ਅਤੇ ਸਨਿਆਸੀ 'ਚ ਬਹੁਤਾ ਫਰਕ ਨਹੀਂ ਹੁੰਦਾ ਭਗਵੰਤ ਮਾਨ ਨੂੰ ਇਸ ਸ਼ਬਦਾਂ ਦੇ ਜੋੜ 'ਚ ਕਿਵੇਂ ਦੇਖਦੇ ਹੋ ਸਿਆਸੀ ਅਤੇ ਸਨਿਆਸੀ 'ਚ ਕਹਿੰਦੇ ਬਹੁਤਾ ਫਰਕ ਨਹੀਂ ਹੁੰਦਾ ਸਨਿਆਸੀ ਵਾਂਗੂ ਹੀ ਹੋ ਗਿਆ ਜੀ ਸਾਰਾ ਕੁਝ ਸਨਿਆਸ ਹੀ ਲਿਆ ਉਹਨਾਂ ਨੇ ਸਾਰਾ ਕਿਉਂਕਿ ਲੋਕ ਸੇਵਾ 'ਤੇ ਹੋ ਗਏ ਅਤੇ ਬਾਕੀ ਸਿਆਸਤ ਦੀ ਵੀ ਸਮਝ ਹੈ ਉਹਨਾਂ ਨੂੰ ਪੂਰੀ ਇਕੱਲੇ ਇਕੱਲੇ ਗੱਲਬਾਤ ਬਾਰੇ ਪਤਾ ਹੈ ਬਹੁਤ ਛੋਟੀ ਉਮਰ ਤੋਂ ਪਤਾ ਹੈ ਅੱਜ ਤੋਂ ਨਹੀਂ ਅਤੇ ਤਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਜੀ ਲੋਕ ਦੇਖੋ ਬਾਕੀ ਲੀਡਰ ਕੀ ਕਰਦੇ ਆ ਭਾਸ਼ਣ ਝਾੜ ਕੇ ਜਾਂਦੇ ਆ ਜਨਤਾ ਦੇ ਉੱਤੇ ਇਹ ਇੱਕ ਇਹੋ ਜਿਹਾ ਲੀਡਰ ਹੈ ਜਿਹੜਾ ਲੋਕਾਂ ਦੇ ਨਾਲ ਗੱਲਾਂ ਕਰਦਾ ਹੈ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਦਾ ਹੈ ਜਾਂ ਚਾਹੇ ਸਟੇਜ 'ਤੇ ਹੀ ਹੈ ਸਟੇਜ ਤੋਂ ਵੀ ਉਹ ਗੱਲਾਂ ਕਰਦਾ ਭਾਸ਼ਣ ਨਹੀਂ ਦਿੰਦਾ ਅਸੀਂ ਆਹ ਕਰ ਦਿਆਂਗੇ ਫਲਾਣਾ ਕਰਦਾ ਉਹ ਕਹਿੰਦਾ ਇਹ ਹੋਣਾ ਚਾਹੀਦਾ ਆਹ ਚੀਜ਼ ਹੋਣੀ ਚਾਹੀਦੀ ਹੈ ਤੁਹਾਡਾ ਰਾਈਟ ਬਣਦਾ ਲੋਕਾਂ ਨੂੰ ਜਾਗਰਤ ਵੀ ਕੀਤਾ ਅਤੇ ਹੁਣ ਉਹ ਆਪ ਉਸ ਪਦਵੀ 'ਤੇ ਨੇ ਅਤੇ ਦੇਖਿਓ ਲੋਕਾਂ ਨੇ ਜੇ 20 ਸਾਲ ਉਹਨੂੰ ਉਤਰਨ ਦਿੱਤਾ ਤਾਂ ਕਹਿੰਦੇ ਤੁਹਾਡੇ 'ਤੇ ਚਰਚਾ ਚੱਲ ਰਹੀ ਹੈ ਵੈਸੇ ਤਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਤੁਸੀਂ ਸ਼ਾਇਦ ਇਸ ਰਾਹੀਂ ਨਾ ਪਾਓ ਜੀ ਪਰ ਕਿਤੇ ਨਾ ਕਿਤੇ ਚਰਚਾ ਤੁਹਾਡੇ ਦੁਆਲੇ ਥੋੜ੍ਹੀ ਬਹੁਤੀ ਭਾਫ਼ ਨਿਕਲੀ ਹੈ ਤਾਂ ਹੀ ਚਰਚਾ ਬਣੀ ਹੈ ਕੀ ਗੱਲ ਹੈ ਇਹ ਭਾਫ਼ ਤਾਂ ਇੱਦਾਂ ਜੀ ਕਿਉਂਕਿ ਮੈਂ ਜਦੋਂ ਦੇ ਮਾਨ ਸਾਹਿਬ ਸਿਆਸਤ ਦੇ ਵਿੱਚ ਨੇ ਮੈਂ ਉਦੋਂ ਦੇ ਉਹਨਾਂ ਨਾਲ ਹਾਂ ਕਿਉਂਕਿ ਮੈਂ ਇੱਕ ਦੋਸਤ ਦਾ ਫਰਜ਼ ਨਿਭਾਇਆ ਮੈਨੂੰ ਕੋਈ ਲਾਲਚ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਕੋਈ ਨਾ ਹੀ ਮੈਂ ਪੋਲਿਟਿਕਸ ਦੇ ਵਿੱਚ ਜਾਣਾ ਪਰ ਲੋਕਾਂ ਨੂੰ ਲੱਗਦਾ ਵੀ ਸਭ ਤੋਂ ਨੇੜੇ ਦਾ ਬੰਦਾ ਇਹ ਹੈ ਕਰਮਜੀਤ ਹੈ ਵੀ ਸ਼ਾਇਦ ਇਸ ਫੀਲਡ ਦੇ ਵਿੱਚ ਆ ਜਾਏ ਕਿਉਂਕਿ ਮੈਂ ਬੋਲਿਆ ਵੀ ਸਪੀਚਾਂ ਵੀ ਦਿੱਤੀਆਂ ਨੇ ਪਿਛਲੇ 7-8 ਸਾਲ ਤੋਂ ਜਦੋਂ ਦੇ ਮਾਨ ਸਾਹਿਬ ਇਸ ਲਾਈਨ ਦੇ ਵਿੱਚ ਨੇ ਹਰ ਇੱਕ ਇਲੈਕਸ਼ਨ ਦੇ ਵਿੱਚ ਮੈਂ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਲੋਕਾਂ ਨੂੰ ਐਂ ਲੱਗਦਾ ਵੀ ਸ਼ਾਇਦ ਕਰਮਜੀਤ ਹੋਵੇ ਪਰ ਮੇਰਾ ਅਜੇ ਮੇਰਾ ਕੋਈ ਇਰਾਦਾ ਨਹੀਂ ਹੋਇਆ ਆਖਰੀ ਸਵਾਲ ਹੈ ਤੁਹਾਡੇ ਲਈ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਪਹਿਲਾਂ ਦੇਖਦੇ ਸੀ ਕਿ ਰਾਜਨੀਤੀ ਬੜੀ ਗੰਧਲੀ ਹੈ ਧਮਕੀਆਂ ਆਉਂਦੀਆਂ ਗੁੰਡਾਗਰਦੀ ਦੇਖਣ ਦੇ ਪੈਸੇ ਨਸ਼ੇ ਦਾ ਬੇਸ਼ੱਕ ਸਾਰੀਆਂ ਚੀਜ਼ਾਂ ਪਿੱਛੇ ਚੱਲੀਆਂ ਨੇ ਜੀ ਜੀ ਕਦੇ ਤਾਂ ਸੋਚਦੇ ਹੋਵੋਗੇ ਯਾਰ ਔਖਾ ਕੰਮ ਹੈ ਬਿਲਕੁਲ ਜੀ ਬਹੁਤ ਔਖਾ ਕੰਮ ਹੈ ਤੁਸੀਂ ਇਹ ਦਿਸਾ ਲਾ ਲਓ ਵੀ ਹੁਣ ਮਾਨ ਸਾਹਿਬ ਹੈ ਕੰਮ ਤਾਂ ਉਹੀ ਹੈ ਸਟੇਜਾਂ 'ਤੇ ਜਾਣ ਦਾ ਹੁਣ ਪਹਿਲਾਂ ਜਿਹੜੇ ਕੰਮ ਦੇ ਪੈਸੇ ਮਿਲਦੇ ਸੀ ਉਹ ਮੁਫ਼ਤ ਕਰਨਾ ਪੈਂਦਾ ਨਾਲੇ ਲੋਕਾਂ ਨੂੰ ਐਂ ਕਰਨਾ ਪੈਂਦਾ ਠੀਕ ਹੈ ਨਾ ਅਤੇ ਔਖਾ ਤਾਂ ਬਹੁਤ ਹੈ ਕਿਉਂਕਿ ਸਾਰੀ ਵੋਟਾਂ ਦੇ ਵਿੱਚ ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰ ਸਕਦੇ ਠੀਕ ਹੈ ਨਾ ਅਤੇ ਹਮੇਸ਼ਾ ਲੋਕ ਇਕੱਲੇ ਇਕੱਲੇ ਬੰਦੇ ਦਾ ਖਿਆਲ ਰੱਖਣਾ ਪੈਂਦਾ ਅਤੇ ਫਰਕ ਤਾਂ ਬਹੁਤ ਹੈ ਭਾਜੀ ਥੈਂਕ ਯੂ ਜੀ ਕਰਮਜੀਤ ਅਨਮੋਲ ਹਮੇਸ਼ਾ ਦੋਸਤ ਦੋਸਤੀ ਦੋਸਤੀ ਦਾ ਜਿਹੜਾ ਸ਼ਬਦ ਹੈ ਦੋ ਬੰਦੇ ਮਾਨਸਿਕ ਤੌਰ 'ਤੇ ਜਦੋਂ ਇੱਕ ਥਾਂ ਸਤੀ ਸ਼ਬਦ ਤਬ ਔਖਾ ਵੀ ਸੀ ਪਰ ਜਦੋਂ ਇੱਕ ਥਾਂ 'ਤੇ ਰੂਹ ਨਾਲ ਜੁੜਦੇ ਨੇ ਉੱਥੇ ਜਨੂੰਨ ਅਤੇ ਸਕੂਨ ਜਿਹਨਾਂ ਦਾ ਇਕੱਠਾ ਤੁਰਦਾ ਉਹ ਲੋਕ ਜਦੋਂ ਇਕੱਠੇ ਚੱਲਦੇ ਨੇ ਉਹ ਬੀ ਤੋਂ ਬੋਰਡ ਬਣਦਾ ਦੇਖਦੇ ਆ ਉਹ ਸਫ਼ਰ ਨੂੰ ਭਾਵੇਂ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਉਹਦਾ ਅਹਿਸਾਸ ਹੈ ਜਿਹੜਾ ਨਿਵੇਕਲਾ ਅਤੇ ਵਿਲੱਖਣ ਹੋਊਗਾ ਜੋ ਅੱਜ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ